पेट्रोल डीजल दियां कीमतां रुकण दा नाम नहीं लै रहियां। गल करिए पंजाब दी, पंजाब दे विच कल दा रेट 94.92 रुपए सी, जो अज रेट पेट्रोल दा 95.68 रुपए हो चुका है। 76 रुपए जिहड़ा पेट्रोल वध चुका होया। ते गल करिए पावर दी, जो 98.88 रुपए पेट्रोल हुंदा सी, उह अज जो अज रेट हो चुका 99.65 रुपए जिहड़ा पेट्रोल दा डीजल रेट वध चुका। डीजल दी गल करिए ते डीजल कल दी रेट दे विच 83.73 रुपए हुंदा सी, ते अज डीजल 84.49 रुपए जिहड़ा डीजल दा रेट हो चुका, 76 पैसे डीजल दा रेट वध चुका है। गल करिए दिल्ली दी, दिल्ली दे विच 80 पैसे तेल दा रेट वध्या है। तुसीं देख रहे हो तस्वीरां दे विच लगातार तेल रुकण दा नाम नहीं लै रही है, तेल दी कीमतां वधदी जा रही। असीं गलबात करदे हां, तेल दी कीमतां लगातार वधदियां पईयां, असीं इस बारे गलबात करदे हां। अंकल जी, तेल दी कीमतां लगातार वधदियां पईयां, इस बारे की कहना चाहोगे? अरे की कर सकते हैं जी, मर्जी है सरकार दी जी, सरकार दी मर्जी। किदा होना है, 76 पैसे तेल दा रेट ज वध चुका है। हाँ जी, अज ही वध गया जी इन्ना, 76 पैसे वध्या। अगे तो कहते डाउन करांगे जी। अच्छा, तो की कर सकते हैं, मजबूरी का ना शुक्रिया सर जी। ਤੁਸੀਂ ਦੇਖਿਆ ਸੀ, ਗੱਲਬਾਤ ਕਰਦੇ ਹਾਂ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਜਾ ਰਹੀਆਂ ਵਾ। ਕਿੱਦਾਂ ਅੱਗੇ 200 ਦਾ ਤੇਲ ਪਾਉਂਦੇ ਸੀ, ਹੁਣ ਕਿੰਨੇ ਦਾ ਪਵਾ ਰਹੇ ਹੋ? ਅਭੀ ਵੀ 200 ਦਾ ਹੀ ਪਿਆ ਹੈ। 200 ਦਾ ਪਿਆ? ਹਾਂਜੀ। ਕਿੱਦਾਂ 76 ਪੈਸੇ ਤੇਲ ਵੱਧ ਗਿਆ ਹੈ, ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਸਰਕਾਰ ਕੋ ਕਿਆ ਬੋਲੇ, ਜਬ ਸਰਕਾਰ ਬੈਠੀ ਹੋਈ ਹੈ, ਜਬ ਕੁਝ ਮਤਲਬ ਅਗਰ ਮੰਨ ਕੇ ਚਲੀਏ ਠੀਕ ਹੈ, ਅਗਰ ਬਾਹਰ ਸੇ ਤੇਲ ਆ ਰਹਾ ਹੈ ਠੀਕ ਹੈ, ਤੋ पीछे से ही मतलब अगर बढ़ा के अगर अंदर तक पहुंच रहे हैं, इंडिया के अंदर तक पेट्रोल पंप तक, तो पीछे से बढ़ के आ रहा है ठीक है। तो इसमें पेट्रोल पंप की कोई मतलब, मेरे कहने का मतलब ये, पेट्रोल पंप वाले की तो सरकार की जिम्मेदारी है, सरकार की क्या कम होना चाहिए बदना चाहिए, थोड़ा और कम हो जाए तो बढ़िया ही है। हाँ चलो ठीक है, अगर जिसका पैसा वो तो कर ले, जो गरीब है। तो ये देखे आपां होर भी गलबात करते है, लोग इत्थे पेट्रोल पवाउण लई पहुँच रहे हैं, तो रेट किहड़े वधदे नज़र आ रहे हैं। तस्वीरां दे विच साडे नाल पेट्रोल कीमतां लगातार, पेट्रोल दी डीजल दीआं कीमतां लगातार वधदीआं पईआं, अज 76 पैसे जिहड़ा पेट्रोल है वध चुका है। सर जी, ये 76 पैसे तुसीं पेट्रोल दे बारे ते तुसीं कह रहे हो, जिहड़ा सरों दा तेल 90 रुपए तो 195 रुपए जाके हो गया किलो, उहदे बारे की विचार है? ਉਹ ਵੀ ਆਪਾਂ ਸਰਕਾਰ ਨੂੰ ਜਾ ਕੇ ਕਹੀਏ ਨਾ ਕਿ ਐਤਕੀ ਅਤੇ ਸੂਰਜਮੁਖੀ ਦੀ ਜਿਹੜੀ ਫਸਲ ਹੈਗੀ ਹੈ ਸਰੋਂ ਦੀ, ਉਹ ਤਾਂ ਹੋਈ ਵੀ ਬਹੁਤ ਜ਼ਿਆਦਾ ਵੈ, ਅਤੇ ਉਹ ਸਰੋਂ ਕਿੱਥੇ ਗਈ ਉਹ ਵਾਲੀ, ਜਦਕਿ ਫਸਲ ਪੂਰੀ ਹੋਈ ਹੈ, ਅਤੇ ਫਿਰ ਡਬਲ ਰੇਟ ਸਰੋਂ ਦੇ ਤੇਲ ਦੇ ਕਿਉਂ ਹੋ ਗਏ ਨੇ? ਆਪਾਂ ਇਹ ਤਾਂ 76 ਪੈਸੇ ਵਧੀ ਹੈ, ਲੇਕਿਨ ਜਿਹੜੀ ਸੀ ਆਪਣਾ ਸਰੋਂ ਦਾ ਤੇਲ ਜਿਹੜਾ ਡਬਲ ਹੋ ਗਿਆ, ਡਬਲ ਤੋਂ ਵੀ ਜ਼ਿਆਦਾ ਹੋ ਗਿਆ। ਇਸ ਬਾਰੇ ਕੀ ਸਰਕਾਰ ਨੂੰ ਕੀ ਕਹਿਣਾ ਚਾਹੋ? ਸਰਕਾਰ ਨੂੰ ਕੀ ਕਹਿਣਾ ਮੈਂ, ਸਰਕਾਰ ਨੂੰ ਲੱਠ ਪਾਓ, ਤੁਸੀਂ ਪਾਓ, ਤੁਸੀਂ ਮੀਡੀਆ ਵਾਲੇ ਹੈਗੇ ਹੋ, ਇਹਦੇ ਤੁਹਾਡਾ ਫਰਜ਼ ਬਣਦਾ, ਸਾਡੀ ਆਵਾਜ਼ ਤੁਸੀਂ ਉੱਥੇ ਤੱਕ ਪਹੁੰਚਾਓ। ਜਿੱਦਾਂ ਪੈਟਰੋਲ ਦਾ ਰੇਟ ਲਗਾਤਾਰ ਵਧਿਆ ਜਾ ਰਿਹਾ ਹੈਗਾ ਵਾ, ਅਤੇ ਅੱਜ 95.68 ਰੁਪਏ ਦੇ ਪੈਟਰੋਲ ਦਾ ਜਿਹੜਾ ਰੇਟ ਹੋ ਚੁੱਕਾ ਹੈ, 95.68 ਰੁਪਏ ਹੋਏ ਆ, ਅਤੇ ਸਿਰਫ 76 ਪੈਸੇ। ਮੈਂ ਤੁਹਾਨੂੰ ਉਹੀ ਤਾਂ ਗੱਲ ਕਹਿ ਰਿਹਾ ਵਾਂ ਕਿ ਆਪਾਂ ਪੈਟਰੋਲ ਦੇ ਮਗਰ ਦੇ ਪਏ ਹੋਏ ਹਾਂ, ਸਰੋਂ ਦੇ ਤੇਲ ਜ਼ਰਾ ਮੰਡੀ ਵੀ ਜਾ ਕੇ ਪੁੱਛੋ ਨਾ ਕਿ ਉਹਨਾਂ ਨੇ ਕਿਉਂ ਵਧਾਏ ਨੇ ਰੇਟ, ਸਰੋਂ ਦਾ ਤੇਲ ਦੇ ਡਬਲ ਰੇਟ ਕਿਉਂ ਹੋਏ ਨੇ, 90 ਰੁਪਏ ਤੋਂ ਸਿੱਧਾ ਹੀ 195 ਰੁਪਏ ਹੋ ਗਿਆ ਹਰ ਚੀਜ਼ ਦਾ ਰੇਟ, ਉਹਨਾਂ ਬਾਰੇ ਵੀ ਕੁਛ ਕਰੋ। ਦੇਖਿਆ ਅਸੀਂ ਗੱਲਬਾਤ ਕੀਤੀ ਕਿ ਪਾਉਣ ਲਈ ਲੋਕ ਪਹੁੰਚੇ ਨੇ, ਭਾਅ ਜੀ ਅੱਗੇ 2-2, 3-3 ਸੌ ਦਾ ਤੇਲ ਪੈਂਦਾ ਸੀ, ਹੁਣ ਕਿੰਨੇ ਦਾ ਪਵਾ ਰਹੇ ਹੋ? ਹੁਣ ਤਾਂ 100 ਦਾ ਮਸੀਹ ਪੈਂਦਾ ਭਰਾਵਾ, ਉਹ ਵੀ ਸੰਕੋਚਨਾ 'ਚ ਪਾਉਣਾ ਪੈਂਦਾ ਆ, ਕਿਉਂਕਿ ਵਰਤ ਹੀ ਹੁਣ ਹਿਸਾਬ ਨਾ ਹੁੰਦਾ, ਮਹਿੰਗਾ ਹੀ ਬਹੁਤ ਹੋ ਗਿਆ, ਸਾਰੇ ਪੈਟਰੋਲ ਨਾਲ ਸਾਰੇ ਬਜਟ ਹਿੱਲ ਜਾਂਦੇ ਆ। 76 ਪੈਸੇ ਅੱਜ ਰੇਟ ਵੱਧ ਗਿਆ ਪੈਟਰੋਲ ਦਾ, ਇਹਨਾਂ ਦੇਖ ਲਓ ਜੀ, ਇਕੱਲੇ ਪੈਟਰੋਲ ਦੇ ਨਾਲ ਮੁੜ ਕੇ ਹਰੇਕ ਚੀਜ਼ ਦਾ ਰੇਟ ਵਧਣਾ, ਕਿਉਂਕਿ ਸਾਰਾ ਹੀ ਟਰਾਂਸਪੋਰਟ 'ਤੇ ਚੀਜ਼ ਡਿਪੈਂਡ ਕਰਦੀ ਆ, ਜੇ ਉਸ ਟਰਾਂਸਪੋਰਟ ਵਾਲੇ ਨੂੰ ਤੇਲ ਦਾ ਰੇਟ ਵੱਧ ਗਿਆ, ਤਾਂ ਸਾਰੇ ਰੇਟ ਟਰਾਂਸਪੋਰਟ ਦਾ ਤੇਲ ਵਧਿਆ, ਤਾਂ ਹਰੇਕ ਚੀਜ਼ ਦਾ ਰੇਟ ਵੱਧ ਜਾਣਾ। ਇਸ ਬਾਰੇ ਸਰਕਾਰ ਨੂੰ ਕੀ, ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਹੈ, ਐਵੇਂ ਰੋਕ ਪੈਟਰੋਲ ਡੀਜ਼ਲ ਦੀ ਰੋਕ ਦਾ ਨਾਮ ਨਹੀਂ ਲੈ ਰਿਹਾ, ਲਗਾਤਾਰ ਵਧਿਆ ਜਾ ਰਿਹਾ ਹੈਗਾ? ਦੇਖੋ ਜੀ, ਇਹ ਪੰਜਾਬ ਗੌਰਮੈਂਟ ਦੀ ਗੱਲ ਕਰੀਏ, ਉਹਨੂੰ ਤਾਂ ਹਜੇ ਬਣੀ ਨੂੰ ਹੋਇਆ, ਕਿਉਂਕਿ ਜਿਹੜਾ 17 ਸਾਲਾਂ ਦੇ ਵਿੱਚ ਨਹੀਂ ਕੁਛ ਹੋਇਆ, ਤਾਂ ਆਪਾਂ ਉਦੋਂ 17 ਦਿਨਾਂ 'ਚ ਥੋੜ੍ਹੀ ਕੁਛ ਕਰਾ ਲੈਣਾ, ਕਿਉਂਕਿ ਉਹ ਹਰੇਕ ਚੀਜ਼ ਲਈ ਇੱਕ ਟਾਈਮ ਚਾਹੀਦਾ, ਸਰਕਾਰ ਆਪਣੇ ਆਪ ਨੂੰ ਥੋੜ੍ਹਾ ਟਾਈਮ ਦੇ ਵਿੱਚ ਜੇ ਨਹੀਂ ਕਰਦੀ, ਫਿਰ ਤਾਂ ਉਹਨਾਂ ਵਾਲੇ ਹਾਲ ਹੈ, ਜੇ ਕੁਛ ਸਮੇਂ ਦੇ ਵਿੱਚ ਸੁਧਾਰ ਕਰਦੀ ਆ, ਹਰੇਕ ਚੀਜ਼ ਲਈ ਇੱਕ ਸਮਾਂ ਤਾਂ ਚਾਹੀਦਾ ਹੈ ਨਾ, ਕਿਉਂਕਿ ਇੱਦਾਂ ਨਹੀਂ ਹੈਗਾ ਵੀ ਉਹ ਜੇ ਅੱਜ ਬਣੀ ਤਾਂ ਅੱਜ ਹੀ ਸਾਰੇ ਡਿਸੀਜਨ ਲੈ ਲੂ, ਉਹਨੂੰ ਥੋੜ੍ਹਾ ਸਮਾਂ ਚਾਹੀਦਾ। ਪੰਜਾਬ ਦਾ ਕੇਂਦਰ ਸਰਕਾਰ ਆ ਜਿਹੜੇ ਲਗਾਤਾਰ ਕੇਂਦਰ ਦੇ ਵਿੱਚੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਆ ਰਹੀਆਂ ਵਾ, ਕੇਂਦਰ ਤੋਂ ਹੀ ਵੱਧੀ ਹੈ, ਐਵੇਂ 76 ਪੈਸੇ ਅੱਜ ਪੈਟਰੋਲ ਦਾ ਰੇਟ ਵੱਧ ਗਿਆ।
ਫਿਰ ਮੈਂ ਤੁਹਾਨੂੰ ਦੱਸਿਆ ਭਾਜੀ ਜਦੋਂ ਪੈਟਰੋਲ ਦਾ ਰੇਟ ਵਧਿਆ ਮਤਲਬ ਹਰੇਕ ਚੀਜ਼ ਦਾ ਰੇਟ ਵੱਧ ਗਿਆ ਕਿਉਂਕਿ ਹਰੇਕ ਚੀਜ਼ ਅੱਜ ਦੇ ਸਮੇਂ ਦੇ ਟਰਾਂਸਪੋਰਟ 'ਤੇ ਡਿਪੈਂਡ ਆ ਅਤੇ ਟਰਾਂਸਪੋਰਟ ਨੇ ਘਾਟਾ ਤਾਂ ਪਾਉਣਾ ਨਹੀਂ ਹੈ ਕਿਉਂਕਿ ਸੈਂਟਰ ਨੂੰ ਸੋਚਣਾ ਚਾਹੀਦਾ ਵੀ ਅਸੀਂ ਹਰੇਕ ਵਰਗ ਦਾ ਮਾੜਾ ਮੋਟਾ ਸੋਚੀਏ ਕਿਉਂਕਿ ਹਰੇਕ ਬੰਦੇ ਨੇ देखिए गलबात की गई है उन्होंने कहना लगातार सरकार वे वे वादे तो जरूर कर दिया आ रही वा तो पेट्रोल डीजल दीमत वाल भाजी अगे 200 का पेट्रोल पाते हूँ किन्ने का पवा रहे हो भाजी 100 का ही पाऊंगा की पेट्रोल डीजल दीमत वीना चाहिए अजय भाजी होर आते 25-30 रुपये बदना अच्छा जी हाँ जी देखो हूँ की बनता कड़ी सरकार का ही है सरकार वे वे वादे कर हाँ जी हाँ जी उ वादे कर लेंदियाँ जो वोटा निकल गई मुड़के कोई पुछता ही नहीं देखे लोग यही कह रहे हैं वोटा मंगन लिए उदो सरकार पहुँच जाए तो कदों वोटा पै जाए उस तो बाद सरकार आम जनता लिए भुल जाए तो देख रहे हो पेट्रोल डीजल कीमत लगातार वही जा रही है रुक रही अज भी 76 पैसे पेट्रोल वध गए इस वर्ग आम आदमी सरकार तो उम्मीद आ अपने इतने स्टेट का टैक्स घटावे देखते दे हैं की करते हैं किदा हावी सरकार बनने तो बाद पेट्रोल कीमत 76 पैसे वध गए केंद्र सरकार पैसे वध आपकी सरकार नूं चाहीदा कि जेड़े पंजाब दे टैक्स आ ओह बंद कर देण फिर सस्ता होगा ये करन जे आपकी साडी जनता की सरकार यही तो देखना इन्हां नूं देखिया आम जनता का कहना है आपकी सरकार है जो टैक्स है वह माफ़ किए जाएंगे तो पेट्रोल डीजल दीमत रेट कट जाएगा आप फिर दस दईए पेट्रोल का रेट 94 रुपये कल का रेट से 94 रुपये 92 पैसे से अज का रेट 95 रुपये 68 पैसे हो चुका है पावर की गल करिए पावर 98 रुपये 88 पैसे से कल का रेट अज का रेट 99 रुपये 65 पैसे हो चुका हो डीजल की गल करिए डीजल 83 रुपये 73 पैसे से कल का रेट अज का रेट 84 रुपये 59 पैसे जो रेट है 76 रुपये 76 पैसे जो पेट्रोल का रेट वध चुका हो लगातार पेट्रोल डीजल दीमत जो रुकन का नाम नहीं लै रही जिसने आप आम लोगों के नाल गलबात की गई लोगों का कहना है पंजाब दे विच आपकी सरकार आई है इन्हों चाहिए आम जो टैक्स है उसनों माफ़ किया जाए जो पेट्रोल डीजल दीमत वधदी उसनों घट किया जाए देखना होगा सरकार जो नवी बनी है इसते ध्यान देती है या नहीं कैमरामैन देवराज के नाल सोनू महाजन पंजाब के सी टीवी जलंधर देश दुनिया की हर ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ